2022 मॉडल किन्ने दी है, प्राइस चेक करो नवी गड्डी दा 10,398। तो वही यार 23 मॉडल दा, नवे मॉडल दा 14,298 तो शुरू हो जाए। सारे नु जी हाथ जोड़ के प्यार भरी सत श्री अकाल। तुसी देख लो जी, स्नो पै गई, ठंड होने लग गई। मेरे को अज ना गड्डी ते मारन लई ब्रश नहीं सीगा स्नो चाण लई, पर मैं जिहड़ा झाड़ू जिहा हुंदा उहदे नाल स्नो लाई आ। ते अपने नाल हैगा भाई अंकित। अंकित ने पहली बारी स्नो देखी है इदा कनेडा दे विच, आ पहली स्नो कनेडा दी, तां पहली आ। किवें लगी भाई? ਦੇਖਣ ਨੂੰ ਤਾਂ ਬਹੁਤ ਵਧੀਆ ਲੱਗ ਰਹੀ ਆ, ਬਾਕੀ ਦੇਖੋ। ਇਹ ਮੈਨੂੰ ਕਹਿੰਦਾ ਯਾਰ ਚਿੱਟੀ ਕਿੰਨੀ ਆ, ਕਹਿੰਦਾ ਸਨੋ ਚਿੱਟੀ ਕਿੰਨੀ ਆ। ਵਾਈਟ ਬਹੁਤ ਆ ਤੇ ਨਾਲੇ ਰੂਹ ਵਰਗੀ ਸੀਗੀ, ਮਤਲਬ ਜਦ ਪੈਰੀ ਸੀ ਨਾ ਰੂਈ ਵਰਗੀ ਸੀਗੀ। ਉਹਨੂੰ ਦਜੂਬੀ ਨੂੰ ਦਿਖਾਈ? ਹਾਂ ਖੇਲਿਆ ਵੀ ਉਹ ਤਾਂ ਪਿੱਛੇ ਬੈਕਯਾਰਡ 'ਚ। ਅੱਛਾ ਹਾਂ, ਪਰ ਥੋੜੀ ਦੇਰ ਹੀ ਖੇਲਦਾ ਕਿਉਂਕਿ ਹੱਥ 'ਚ ਫੜਦਾ ਫਿਰ ਉਹਨੂੰ ਠੰਡੀ ਲੱਗਦੀ ਆ। ਆਹ ਦੇਖੋ ਆਹ ਕਿੱਡੇ ਕਿੱਡੇ ਨੇ, ਆਹ ਉੱਡਦੇ ਜਾਂਦੇ ਦੇਖਦੇ ਆ 'ਚ। ਹਾਂ ਤੇ ਸਨੋ ਚਿੱਟੀ ਬੜੀ। ਬਾਕੀ ਯਾਰ ਟੈਂਪਰੇਚਰ ਦੀ ਗੱਲ ਕਰੀਏ, ਹਲੇ ਮੇਰੇ ਖਿਆਲ -3 ਫੀਲ ਲਾਈਕ ਹੈ ਯਾਰ। ਕਿੰਨੇ ਸੋਹਣੇ ਆ ਰਹੇ ਨੇ ਆਪਣੇ ਕੋਲ 'ਚ, ਆਹ ਦੇਖੋ ਲੈ। ਉਦਾਂ ਮਤਲਬ ਲੱਗਿਆ ਮੈਨੂੰ ਥੋੜਾ, ਪਰ ਦੇਖਣ ਚ ਬੜਾ ਵਧੀਆ ਬਾਈ, ਚਿੱਟਾ ਚਿੱਟਾ ਸਾਰੀ ਜਗ੍ਹਾ ਨਾ। ਅੱਜ ਮੈਂ ਤਾਂ ਗੱਡੀ ਲੈ ਲਈ ਜੀ ਹੁਣ, ਤੇ ਆਪਾਂ ਅੱਜ ਅੰਕਿਤ ਵਾਸਤੇ ਗੱਡੀ ਦੇਖਣ ਜਾ ਰਹੇ ਹਾਂ। ਹਲੇ ਲੈਣੀ ਨੀ ਹੈਗੀ, ਇਹਨੂੰ ਵੈਸੇ ਹੀ ਦਿਖਾ ਲਿਆਉਣੇ ਆ ਟਾਈਮ ਪਾਸ। ਅਸੀਂ ਅੱਜ ਲੱਭਣੀ ਆ ਕੈਨੇਡਾ ਦੀ ਸਭ ਤੋਂ ਸਸਤੀ ਗੱਡੀ। ਮੈਂ ਪਿਛਲੀ ਵਾਰੀ ਤੁਹਾਨੂੰ ਦੱਸਿਆ ਸੀ ਵੀ ਕੀ ਆ, ਰੀਓ ਆ, ਨਿਸਾਨ ਵਟਸ ਆ, ਪਰ ਹੁਣ ਆਪਾਂ ਉਦੋਂ ਵੀ ਸਸਤੀਆਂ ਲੱਭੀਆਂ ਨੇ। ਅੱਜ ਉਹ ਦੇਖ ਕੇ ਆਉਂਦੇ ਤੁਹਾਨੂੰ ਵੀ ਨਵੀਂ ਗੱਡੀ ਸਸਤੀ। ਹੋ ਜਿਹੜੀ ਆਪਾਂ ਪਹਿਲੀ ਗੱਡੀ ਦੇਖਣ ਜਾ ਰਹੇ ਹਾਂ ਨਾ, ਮੈਨੂੰ ਲੱਗਦਾ ਸਾਲ 'ਚ ਕਿਸੇ ਨੇ ਨਹੀਂ ਦੇਖੀ ਹੋਣੀ। ਅੰਕਿਤ ਵਾਸਤੇ ਆਪਾਂ ਗੱਡੀ ਦੇਖਣ ਜਾ ਰਹੇ ਹਾਂ। ਮੇਰੀ ਬੇਇੱਜ਼ਤੀ ਕਰਾਈ ਚੱਲ, ਇੰਨੇ ਪਿਛਲੀ ਵੀਡੀਓ ਆਈ ਸੀ ਇਹਦੇ ਵਾਸਤੇ ਦੇਖਣ ਜਾ ਰਹੇ ਨੇ, ਖਰਚਾ ਨਹੀਂ ਕਰਨਾ। ਨਹੀਂ ਨਹੀਂ, ਵੈਸੇ ਆਪਾਂ ਯਾਰ ਅਸਲ ਦੇ ਵਿੱਚ ਨਾ ਜਾ ਰਹੇ ਨੇ ਅਸੀਂ ਸਾਰੇ, ਤੁਹਾਡੇ ਸਾਰਿਆਂ ਦੀ ਹੈਲਪ, ਕਿਉਂਕਿ ਮੈਨੂੰ ਵੀ ਨਹੀਂ ਪਤਾ ਸੀ ਵੀ ਇੰਨੀ ਸਸਤੀ ਗੱਡੀ ਹੈਗੀ ਕੈਨੇਡਾ ਦੇ ਵਿੱਚ। ਅੰਕਿਤ ਨੂੰ ਵੀ ਜਦੋਂ ਦਾ ਪਤਾ ਲੱਗਿਆ, ਰਾਤ ਨੂੰ ਉੱਟ ਉੱਟ ਮਿਰਾਜ ਇਹਨਾਂ ਦੀ ਵੈਬਸਾਈਟ ਹੀ ਦੇਖੀ ਜਾਂਦਾ ਵੀ ਕਹਿੰਦਾ ਇਹਦੀ ਅੱਖਾਂ 'ਚ ਮਿਰਾਜ ਪੈਣ ਲੱਗੇ। ਇਹਦਾ ਪ੍ਰਾਈਜ਼ ਦਿਖਾ ਦਿੰਦੇ, ਪਹਿਲਾਂ ਪ੍ਰਾਈਜ਼ ਦਿਖਾ ਦਈਏ। ਇਹਦਾ ਪ੍ਰਾਈਜ਼ ਹੈਗਾ ਵਾ 2023 ਮਾਡਲ ਦਾ, ਨਵੇਂ ਮਾਡਲ ਦਾ 14,298 ਤੋਂ ਸ਼ੁਰੂ ਹੋ ਜਾਣੀ ਹੈ। ਅਤੇ ਉਹ ਖੜੀ ਹੈ ਮੈਨੂੰ ਲੱਗਦਾ, ਜੇ ਤੁਸੀਂ ਗੱਡੀ ਦੇਖੋ ਨਾ, ਉਹ ਨੀਲੀ ਜਿਹੜੀ ਗੱਡੀ, ਉਹ ਪਿੱਛੇ ਲੁੱਕ ਗਿਆ ਬਾਈ ਦੇ, ਉਹ ਖੜੀ ਹੈ ਗੱਡੀ ਯਾਰ, ਘੈਂਟ ਲੱਗ ਰਹੀ ਹੈ ਬਾਬੇ, ਕੋਈ ਮਾੜੀ ਨਹੀਂ ਲੱਗਦੀ, ਚੱਕਮੀ ਲੱਗਦੀ ਆ। ਸਾਨੂੰ ਐਂ ਲੱਗਦਾ ਵੀ ਜਦੋਂ ਅੰਦਰ ਜਾ ਕੇ ਅਸੀਂ ਇਹਦਾ ਰੇਟ, ਜੇ ਵੀ ਬੁਕਿੰਗ ਤੇ ਹੋਈ ਨਾ ਤੁਹਾਨੂੰ ਦੱਸਦਾ, ਪਰ ਇਹਨਾਂ ਨੇ ਖੜਾਈ ਹੋਈ ਹੈ ਤਾਂ ਕਹਿੰਦੇ ਲੈ ਜਾਓ। ਮੈਨੂੰ ਲੱਗਦਾ ਹਾਂ ਇਹਦਾ ਆਰਡਰ ਤੇ ਬਣਾਉਂਦੇ ਹੋਣਗੇ ਸਪੈਸ਼ਲ ਕੰਪਨੀ ਵਾਲੇ ਵੀ। ਪਰ ਯਾਰ ਇਹੋ ਗੱਡੀਆਂ ਨੇ ਸੋਹਣੀਆਂ ਯਾਰ, ਡੀਸੈਂਟ ਗੱਡੀ ਆ, ਜਿਵੇਂ ਇੰਡੀਆ ਦੇ ਵਿੱਚ ਆਪਣੀਆਂ ਗੱਡੀਆਂ ਹੁੰਦੀਆਂ ਨੇ। ਆਪਣੀ ਕੋਈ ਵੀ ਛੋਟੀ ਗੱਡੀ ਲਾ ਸਕਦੇ ਹੋ, i10 ਵਰਗੀ, ਜਿਵੇਂ ਇੰਡੀਆ 'ਚ ਡੈਵਰ ਹੋ ਗਈ ਨਹੀਂ, ਹਾਂ i10 ਵਰਗੀ ਉਦਾਂ ਦੀ ਗੱਡੀ ਆ। ਮਤਲਬ ਯਾਰ ਸਟਾਰਟਿੰਗ ਲਈ ਵਧੀਆ, ਮੈਨੂੰ ਤਾਂ ਬਹੁਤ ਵਧੀਆ ਚੀਜ਼ ਲੱਗ ਰਹੀ ਤੇ ਗਰਾਊਂਡ ਕਲੀਅਰੈਂਸ ਦੇਖ ਲੈਣੀ ਆ, ਜਿਹਨੂੰ ਬਰਾਬਰ ਉਹ ਹੈ ਨਾ ਵੀ ਇੱਧਰ ਊਬਰ ਈਟਸ ਦਾ ਕੰਮ ਕਰਨਾ, ਮਾਈਲੇਜ ਵੀ ਵਧੀਆ ਹੋਣੀ ਸਸਤੇ ਰੇਟ 'ਚ, ਕੰਪਨੀਆਂ ਪਹਿਲਾਂ ਸਾਰੀਆਂ ਅੱਡੀ ਅੱਡੀ ਗੱਡੀਆਂ ਬਣਾਉਂਦੀਆਂ ਸੀਗੀਆਂ, ਪਰ ਉਹਨਾਂ ਨੇ ਹੁਣ ਸਾਰੀਆਂ ਬੰਦ ਕਰਤੀਆਂ। ਹਾਂ, 2-3 ਕੰਪਨੀਆਂ ਦੇ ਬੰਦ ਹੋ ਗਈ। ਸ਼ੈਵਰਲੇ ਦੀ ਸਪਾਰਕ ਵੀ ਹੈ ਸੇਮ ਜੇ ਸਾਈਜ਼ ਦੀ, ਸਪਾਰਕ ਤਾਂ ਇੰਡੀਆ 'ਚ ਵੀ ਲਾਂਚ ਹੋਈ ਸੀ। ਇਹ ਆਪਾਂ ਇਹਦੇ ਵਿੱਚ ਹੀ ਬਿਠਾ ਕੇ ਲੈ ਜਾਂਗੇ, ਮੈਂ ਤਾਂ ਆਪ ਫਿਰ ਆ ਤਾਂ ਵੇਚ ਕੇ ਮੈਂ ਆ ਰਹਿ ਰਹਿੰਦਾ ਯਾਰ, ਮੈਂ ਤਾਂ ਆਪ, ਮੈਂ ਇੰਨੇ ਕਿਉਂ ਪੈਸੇ ਖਰਚਾ, 14,000 ਕੈਸ਼ ਤੇ ਸਿੱਧੀ 30 ਆ ਜਾਣੀ ਇਹਦੇ 'ਚ। ਹਾਂ ਹੈ ਨਾ, ਲੋਕਾਂ ਨੂੰ ਰੈਂਟ ਦੇ, ਥੋੜ੍ਹੇ ਜਿਹੇ ਹੋਰ ਤਾਂ ਵੀ ਪੈਸੇ ਬਚ ਜਾਣੇ, ਬਚ ਜਾਣੇ। ਉਹ ਸਹੀ ਗੱਲ ਹੈ ਨਾ, ਆਪਾਂ ਰੈਂਟਲ ਕੰਪਨੀ ਖੋਲ ਲੈਂਦੇ, ਹੋਰ ਕੀ। ਚਲੋ ਪਹਿਲਾਂ ਦੇਖ ਆਈਏ, ਦਿੰਦੇ ਵੀ ਆ, ਮੈਨੂੰ ਲੱਗਦਾ ਇਹਨਾਂ ਨੇ ਇਹ ਵੀ ਨਹੀਂ ਦੇਣੀ ਆਪਾਂ, ਦੇਖਦੇ ਆ। ਸੋ ਇੱਦਾਂ ਦੀ ਗੱਡੀ ਆ ਜੀ, ਹੈ ਗੱਡੀ ਤਾਂ ਸੋਹਣੀ ਆ, ਜੇ ਇਦੋਂ ਵੀ ਆਪਾਂ ਇੱਕ ਸਸਤੀ ਤੁਹਾਨੂੰ ਹੋਰ ਦਿਖਾਵਾਂਗੇ ਗੱਡੀ ਅੱਜ। ਪਹਿਲਾਂ ਆਪਾਂ ਤੁਹਾਨੂੰ ਦੱਸਿਆ ਜੀ ਵੀ ਕੀ ਆ ਰਿਓ ਸਸਤੀ ਆ, ਮੈਨੂੰ ਤਾਂ ਸੋਹਣੀ ਲੱਗ ਰਹੀ ਆ ਬਾਬੇ, ਠੀਕ ਆ ਯਾਰ। ਹੋਰ ਕੀ ਚਾਹੀਦਾ ਵਾ? ਆਟੋਮੈਟਿਕ ਹੈ ਨਾਲੇ, ਬਸ। ਸੋ ਆਹ ਵਾਲੀ ਗੱਡੀ ਦੀ ਆਪਾਂ ਗੱਲ ਕਰਦੇ ਸੀਗੇ ਜੀ, ਆਹ ਜਿਹੜਾ ਬਲਿਊ ਵਾਲਾ ਕਲਰ ਦੇਖ ਸਕਦੇ ਹੋ ਤੁਸੀਂ ਮਿਰਾਜ ਦਾ, ਉਹ ਪਿੱਛੇ ਬਲੈਕ ਖੜੀ ਆ। ਆਹ ਜਿਹੜੀ ਪਿੱਛੇ ਵਾਲੀ ਗੱਡੀ ਆ ਜੀ, ਇਹ ਹੈਗਾ ਟੌਪ ਮਾਡਲ ਅਤੇ GT ਕਹਿ ਦਿੰਦੇ ਆ ਇਹਨੂੰ, ਅਤੇ ਜਿਹੜਾ ਦੂਜਾ ਹੈਗਾ ਵਾ ਬਲਿਊ ਵਾਲਾ, ਉਹ SC ਮਾਡਲ ਆ। ਇੱਦੋਂ ਇੱਕ ਥੱਲੇ ਵਾਲਾ ਲੈਵਲ ਵੀ ਆਉਂਦਾ ਵਾ, ਤੁਸੀਂ SC ਮਾਡਲ ਜਿਹੜਾ ਮਿਡਲ ਵਾਲਾ ਮਾਡਲ ਹੈ ਅਤੇ ਦੇਖ ਸਕਦੇ ਹੋ।
ਇਹਦੇ ਰਿਮ ਅਲੱਗ ਤਰੀਕੇ ਦੇ ਨੇ ਅਤੇ ਆਹ ਟੋਪ ਮਾਡਲ ਆ ਇਹਦੇ ਰਿਮ ਸੋਹਣੇ ਆ ਮੈਂ ਤੁਹਾਨੂੰ ਕੁਇਕਲੀ ਇੰਟੀਰੀਅਰ ਵੀ ਦਿਖਾ ਦਿੰਦਾ ਠੀਕ ਆ ਡੀਸੈਂਟ ਆ ਇਹ ਗੱਡੀ ਜੀ ਕਾਫੀ ਦਿਨਾਂ ਤੋਂ ਅੰਕਿਤ ਨੂੰ ਰੜਕਦੀ ਸੀਗੀ ਫਿਰ ਅਸੀਂ ਗੱਡੀ ਦੇਖ ਕੇ ਆਏ ਬਾਈ ਪਹਿਲਾਂ ਤਾਂ ਐਂ ਕਹਿ ਦਈਏ ਵਿੱਚ ਬੈਠ ਕੇ ਲੱਗਦਾ ਵੀ i20 ਮਤਲਬ ਉਸ ਹਿਸਾਬ ਦੀ ਗੱਡੀ ਆ ਬਸ ਉਸ ਰੇਂਜ ਦੀ ਅਸੀਂ ਦੋਨੇ ਲੰਬੇ ਹਾਂ 6-6 ਫੁੱਟ ਤੋਂ ਅਤੇ ਅਸੀਂ ਵਿੱਚ ਐਨ ਸਹੀ ਤਰੀਕੇ ਨਾਲ ਬਹਿ ਗਏ ਸੀਗੇ ਪਰ ਹਾਂ ਜਿਹੜਾ ਇਹਦਾ ਬੇਸ ਮਾਡਲ ਆ ਜਿਵੇਂ ਇੰਡੀਆ 'ਚ ਆਪਾਂ ਟਾਕੀਆਂ ਚੜਾਉਂਦੇ ਹਾਂ ਹਾਂ ਉਹ ਵਾਲਾ ਸੀਗਾ ਸੋ ਇਹਦੇ ਬੇਸਿਕਲੀ ਤਿੰਨ ਮਾਡਲ ਨੇ ਪਹਿਲਾ ਹੈਗਾ ਵਾ ES ਤੇ ਦੂਜਾ ਹੈਗਾ SE ਤੇ ਫਿਰ ਹੈਗਾ GT ES ਆ ਜਿਹੜਾ ਮੈਨੂਅਲ ਤੋਂ ਵੀ ਆਉਂਦਾ ਵਾ ਤੇ ਆਟੋ ਤੋਂ ਵੀ ਆਉਂਦਾ ਵਾ ਹਾਂ ਮੈਨੂਅਲ ਜਿਹੜਾ ਉਹਨਾਂ ਦੀ ਵੈਬਸਾਈਟ ਦੇ ਉੱਤੇ ਪ੍ਰਾਈਸ ਦਿਖਾਉਂਦੇ ਆ ਉਹ 14,000 ਕੁਛ ਦਾ ਉਹ ਮੈਨੂਅਲ ਆ ਉਹ ਮੈਨੂਅਲ ਆ ਹਾਂ ਤੇ ਜੇ ਉਹ ਤੋਂ 1,000 ਰੁਪਇਆ ਵਧਾ ਦਈਏ 15,000 ਕੁਛ ਦੀ ਤਾਂ ਉਹ ਆਪਣੀ ਆਟੋ ਹੋ ਜਾਂਦੀ ਹੈ ਆਟੋ ਹਾਂ ਤੇ ਜਿਹੜੀ ਇਹਨਾਂ ਦੀ ਬੇਸ ਗੱਡੀ ਵੀ ਹੈ ਬੇਸ ਮਾਡਲ ਆ ਜਿਹੜਾ ਇਹ ਵਾਲਾ ਉਹਦੇ ਵਿੱਚ ਵੀ ਬੈਕ ਕੈਮਰਾ ਆਉਂਦਾ ਵਾ ਰੀਅਰ ਕੈਮਰਾ ਹੈਗਾ ਵਾ 1200 ਸੀਸੀ ਚ ਹੈਗੀ ਹੈ ਹਾਂ ਤੇ ਉਹ ਚੀਜ਼ ਵਧੀਆ ਲੱਗੀ ਮਤਲਬ ਵੀ ਬੇਸ ਮਾਡਲ ਸਿਸਟਮ ਵੀ ਹੈ ਔਰ ਏਸੀ ਚਲੋਗਾ ਹੁਣ ਬੰਦਾ ਸੁਨਸਾਨ ਥੋੜੀ ਜਾਊਗਾ ਰੇਡੀਓ ਤਾਂ ਰੇਡੀਓ ਹੀ ਤਾਂ ਲਾਉਣਾ ਇੱਕ ਇੰਡੀਆ ਚ ਉਹ ਆਂਦਾ ਨਹੀਂ ਭਾਈ ਬੇਸ ਮਾਡਲ ਚ ਕੀ ਗੱਲ ਕਰ ਰਿਹਾ ਤੂੰ ਮਿਊਜ਼ਿਕ ਸਿਸਟਮ ਨਹੀਂ ਮਿਊਜ਼ਿਕ ਸਿਸਟਮ ਨਹੀਂ ਆਂਦਾ ਬੇਸ ਮਾਡਲ ਤੈਨੂੰ ਤਾਂ ਬਾਹਰੋਂ ਲਾਉਣਾ ਪੈਂਦਾ ਉਹ ਛੋਟਾ ਜਿਹਾ ਤਾਂ ਹੀ ਤਾਂ ਕਹਿ ਰਿਹਾ ਮੈਂ ਕਿ ਮਿਊਜ਼ਿਕ ਸਿਸਟਮ ਹੈਗਾ ਤੇ ਵੱਡੀਆਂ ਗੱਲਾਂ ਫਿਰ ਉਰੇ ਦੀਆਂ ਤੇ ਰੀਅਰ ਵਿਊ ਕੈਮਰਾ ਆ ਰਿਹਾ ਹੋਰ ਕੀ ਚਾਹੀਦਾ ਤੇ ਜਿਹੜਾ ਮਤਲਬ ਇਹ ਸੇਮ ਨੇ ਤੇ ਜੇ ਟਾਪ ਮਾਡਲ ਤੇ ਮਿਡਲ ਮਾਡਲ ਦੇ ਵਿੱਚ ਆਪਾਂ ਦੇਖੀਏ ਜੀਟੀ ਦੇ ਵਿੱਚ ਰਿਮ ਵੱਡੇ ਆ ਜਾਂਦੇ ਆ ਸੀਟਾਂ ਥੋੜੀਆਂ ਜਿਹੀਆਂ ਵਧੀਆ ਆ ਜਾਂਦੀਆਂ ਨੇ ਹੀਟਰ ਸੀਟਸ ਆ ਜਾਂਦੀਆਂ ਨੇ ਇਦਾਂ ਦੇ ਕਾਫੀ ਫਰਕ ਨੇ ਹਨਾ ਲੇਨ ਅਸਿਸਟੈਂਟ ਤੇ ਅਡੈਪਟਿਵ ਕਰੂਜ਼ ਕੰਟਰੋਲ ਦੇਖਾ ਜਿਹਨੇ ਗੱਡੀ ਲੈਣੀ ਉਹਨੂੰ ਸਭ ਪਤਾ ਹੁੰਦਾ ਯਾਰ ਤੇ ਅਵੇਲੇਬਲ ਵੀ ਹੈਗੀਆਂ ਨੇ ਗੱਡੀਆਂ ਮਤਲਬ ਬਾਹਲੀ ਵੇਟ ਵੀ ਨਹੀਂ ਹੈਗੀ 2 ਤੋਂ 4 ਮਹੀਨੇ ਦੀ ਵੇਟ ਆ ਜਿਵੇਂ ਇਹਨਾਂ ਕੋਲੇ ਉਹ ਜਿਹੜੀ ਬਲੈਕ ਗੱਡੀ ਖੜੀ ਆ ਉਹ ਟਾਪ ਮਾਡਲ ਆ ਹਾਂ ਬਲੈਕ ਦਾ ਟਾਪ ਮਾਡਲ ਉਹ ਤੇ ਉਹ ਰਾਈਟ ਅਵੇ ਉਹ ਕਹਿੰਦੇ ਲੈ ਜਾਓ ਬਸ ਬਸ ਪੈਸੇ ਲਿਆਓ ਤੇ ਲੈ ਜਾਓ ਹਾਂ ਤੇਰੀ ਆਪਾਂ ਕਿਸ਼ਤਾਂ ਦੀ ਗੱਲ ਕਰੀਏ ਸੋ ਜੇ ਤਾਂ ਕਿਸ਼ਤਾਂ ਤੇ ਗੱਡੀ ਲੈਣੀ ਆ ਇਹ 7 ਸਾਲੀ ਤੇ ਤਾਂ ਹੈਗੀ ਆ ਜੀ ਬੇਸ ਮਾਡਲ ਦੀ ਕਿਸ਼ਤ 140 ਬਣ ਜਾਂਦੀ ਆ ਬਾਈ ਵੀਕਲੀ ਉਦੋਂ ਬਾਅਦ ਜਿਹੜੀ ਉਦੋਂ ਮਿਡਲ ਵਾਲਾ ਮਾਡਲ ਆ SE ਮਾਡਲ ਆ ਉਹਦੀ ਹੈਗੀ 155 ਤੇ ਉਦੋਂ ਬਾਅਦ ਆਣੇ ਦੀ $15 ਹੋਰ ਮਹਿੰਗੀ 178 180 ਰੇਟ ਗੇੜ ਹਾਂ ਤੇ ਉਹ ਕਹਿੰਦੇ ਗੱਡੀ ਖੜੀ ਆ ਲੈ ਕੇ ਜਾਣੀ ਆ ਲੈ ਜਾਓ ਇਹ ਤਾਂ ਇਹੀ ਕਹਿੰਦਾ ਨਹੀਂ ਸਿਰਫ ਇੱਕ ਸਿਲਵਰ ਕਲਰ ਜਿਹੜਾ ਹੁਣ ਇੰਨੀ ਸਸਤੀ ਗੱਡੀ ਇੱਕ ਤਰੀਕੇ ਦੀ ਜਿਹਨੇ ਕੈਸ਼ ਚੱਕਣੀ ਹੈ ਦੇਖਿਆ ਜਾਵੇ ਪਰ ਯਾਰ ਪਵਾਪ ਬੁਕੇ ਨਾ ਸਾਰਾ ਕੁਝ 20,000 ਪਲੱਸ ਹੀ ਬਣਾ ਦਿੰਦੇ ਆ ਇਹ ਹਾਂ 21,000 ਕੁਝ ਦੀ ਦੱਸੀ ਜੇ ਕੈਸ਼ ਚ ਵੀ ਲੈਣੀ ਆ ਬੇਸ ਮਾਡਲ ਜਿਹੜਾ 14-200 ਦਾ ਬਣ ਹੁਣ ਦੇਖੋ ਤੈਨੂੰ ਇੰਨੀ ਸਸਤੀ ਗੱਡੀ ਦਿਖਾਤੀ ਠੀਕ ਆ ਹਾਂ ਰੰਗ ਵੀ ਸਾਨੂੰ ਦੋਨੇ ਪਸੰਦ ਨੇ ਨੀਲਾ ਤੇ ਕਾਲਾ ਹੈ ਨਾ ਪਰ ਜੇ ਇਹ ਕਹਿੰਦਾ ਇਦਾਂ ਵੀ ਸਸਤੀ ਦਿਖਾ ਕੇ ਲਿਆ ਮੈਨੂੰ ਹੁਣ ਆਪਾਂ ਇਹਨੂੰ ਇਹ ਤਾਂ ਵੀ ਸਸਤੀ ਗੱਡੀ ਦਿਖਾ ਕੇ ਲਾਉਣੀ ਹੈ ਨਵੀਂ ਜੇ ਮਿਲ ਗਈ ਇਹ 2023 ਮਾਡਲ ਸੀ 2023 ਵਿਦ ਲੇਟੈਸਟ ਟੈਕਨੋਲੋਜੀ ਇਦਾਂ ਸਸਤੀ ਆਪਾਂ ਉਹਨੂੰ ਦੂਜੇ ਪਾਸੇ ਜਾਣਾ ਜੀ ਹਾਂ ਕੀ ਕਹਿੰਦੇ ਹੁੰਦੇ ਉਹਨੂੰ ਸ਼ੈਵੀ ਸ਼ੈਵਰਲੇ ਸ਼ੈਵਰਲੇਟ ਕੋਈ ਪਤਾ ਨਹੀਂ ਕਿਵੇਂ ਕਹਿੰਦੇ ਆ ਸ਼ੈਵਰਲੇ ਜੇ ਤੇਰੀ ਗੱਡੀ ਫਿਰ ਤਾਂ ਸ਼ੈਵਰੋਲੇ ਨਹੀਂ ਤਾਂ ਸ਼ੈਵਰੋਲੇਟ ਉੱਧਰ ਚੱਲਦੇ ਇਹ ਤੋਂ ਵੀ ਸਸਤੀ ਗੱਡੀ ਪਰ ਉਹ ਮੈਨੂੰ ਲੱਗਦਾ 2023 ਦੇ ਵਿੱਚ ਡਿਸਕੰਟੀਨਿਊ ਹੋ ਗਈ ਪਰ ਜਾ ਕੇ ਪਤਾ ਲੱਗੂਗਾ ਹੁਣ ਦੇਖਦੇ ਆ ਬਾਈ ਇਹਨਾਂ ਕੋਲ ਵੀ ਇੱਕ ਇਲੈਕਟ੍ਰਿਕ ਮਾਡਲ ਗਿਆ ਪਿਆ ਸੀ ਇਹਨਾਂ ਦਾ ਉਹ ਡਿਸਕੰਟੀਨਿਊ ਹੋ ਗਿਆ 2 ਸਾਲ ਪਹਿਲਾਂ ਕਿਹੜਾ ਤਾਂ ਵੀ ਬਹੁਤ ਚੱਕੇ ਹੋ ਗਏ ਬਹੁਤ ਚੱਕੇ ਰਹਿ ਗਏ ਕਹਿੰਦੇ ਕਹਿੰਦੇ ਕਿਹੜੀ ਲੈਣੀ ਆ ਜੀ ਆਊਟਲੈਂਡਰ ਕਹਿੰਦਾ ਨਾ ਕਹਿੰਦੇ RV ਕਿਹੜੀ ਵੀ RVR ਉਹ ਕਹਿੰਦੇ ਹੋਰ ਤਾਂ ਕੋਈ ਗੱਡੀ ਨਹੀਂ ਕਹਿੰਦਾ ਜਿਹੜੀ ਬਾਹਰ ਗੱਡੀ ਆ ਮਰਾ ਜੋ ਕਹਿੰਦਾ ਅੱਛਾ ਮੈਂ ਤੁਸੀਂ ਉਹ ਪਹਿਲੇ ਆਏ ਆ ਤਾਂ ਦੇ ਵਿੱਚ ਲੈਣ ਵਾਸਤੇ ਚਲੋ ਆਪਾਂ ਹੁਣ ਉਧਰ ਜੀ ਇਦਾਂ ਵੀ ਸਸਤੀ ਗੱਡੀ ਤੁਹਾਨੂੰ ਅੱਜ ਦਿਖਾ ਕੇ ਲਿਆਉਣੇ ਆ ਨਵੀਂ ਦੀ ਨਵੀਂ ਜੇ ਉਹਨਾਂ ਨੇ ਆਪਾਂ ਦੇਤੀ ਅੱਜ 10,000 ਰੁਪਇਆ ਤਾਂ ਹੋਣਾ ਹੀ ਤੇਰੇ ਕੋਲੇ ਡਾਲਰ ਪਏ ਹੋਣੇ ਪਿੱਛੇ 10,000 ਦਾ ਤਾਂ ਹਾਂ ਬਸ ਉਹ ਆਪਾਂ ਚੱਕ ਹੀ ਲੈਣੀ ਆ ਆਹ ਗੱਡੀ ਕਹਿੰਦੇ ਆ ਜੀ ਤੁਹਾਨੂੰ ਆਹ ਦੇਖੋ ਸ਼ੈਵ ਦੀ ਸਾਈਟ ਤੇ ਪਈ ਆ 2022 ਮਾਡਲ ਕਿੰਨੇ ਦੀ ਆ ਪ੍ਰਾਈਸ ਚੈੱਕ ਕਰੋ ਨਵੀਂ ਗੱਡੀ ਦਾ 10,398 ਇਹ ਹੁਣ ਬੰਦ ਕਰਤੀ ਇਹਨਾਂ ਨੇ ਯਾਰ ਗਲਤ ਕਰ ਲਿਆ ਹਨਾ ਹਾਂ ਅਸੀਂ ਪੁੱਛਣ ਵੀ ਗਏ ਪੁਰਾਣਾ ਮਾਡਲ ਖੜਿਆ ਹੈ ਕੋਈ 2022 ਦਾ ਜੇ ਮਿਲ ਜਾਵੇ ਪਰ ਨਾ ਕਰੂਜ਼ ਵੀ ਬੰਦ ਕਰਤੀ ਇਹਨਾਂ ਨੇ ਕਰੂਜ਼ ਵੀ ਬੰਦ ਆ ਨਵੀਂ ਮੈਲਬੂ 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 ਕਰਕੇ ਗੱਡੀ ਆ ਉਹਦਾ ਵੀ ਵੇਟਿੰਗ ਹੀ ਆ ਹਲੇ ਅਸੀਂ ਉਹਨਾਂ ਨੂੰ ਕਰੀ ਆਈਏ ਸਪਾਰਕ ਦਿਖਾ ਦੋ ਕਰੀ ਜਾਣ ਮੈਨੂੰ ਲੱਗਦੀ ਸਾਡੇ ਕੋਲ ਪੈਸੇ 10-12,000 ਡਾਲਰ ਦੀ ਚੱਕੀ ਫਿਰਦੇ ਆ ਅਸੀਂ ਮਿਰਾਜ ਨੂੰ ਨਾ ਕਹਿ ਕੇ ਆ ਰਹੇ ਆ ਵੀ ਸਪਾਰਕ ਲੈਣੀ ਆ 4,000 ਮਹਿੰਗੀ ਸੀਗੀ ਅਸੀਂ ਉਹਨੂੰ ਨਾ ਕਰਤੀ ਤੂੰ ਹੁਣ ਮੈਲਬੂ ਮੈਲਬੂ 30,000 ਜਦ ਇਹਨੂੰ ਸਪਾਰਕ ਮਿਲੀ ਨਹੀਂ ਹੈਗੀ ਸਮਥਿੰਗ ਸਪਾਰਕਡ ਇਨ ਅੰਕਿਤ ਦੈਨ ਹੀ ਡਿਸਾਈਡਡ ਕਿ ਨਾਓ ਆਈ ਵਾਂਟ ਟੂ ਬਾਏ ਗੱਡੀ ਜਾ ਕੇ ਪੁੱਛੀ ਕਹਿੰਦਾ ਕਰੋਲਾ ਕ੍ਰੋਸ ਲੈਣੀ ਆ ਕਹਿੰਦੇ ਉਹ ਗੇਟ ਦੇਖਦਾ ਗੱਡੀ ਦਿਖਾਉਣ ਨੂੰ ਵੀ ਨੀ ਹੈਗੀ
ਫਿਰ $10 ਵੱਧ ਦੇ ਕਿਆ ਟ੍ਰਿਮ ਆ ਗਿਆ ਚੱਲ ਯਾਰ $30 ਵੱਧ ਦੇ ਦਾਂਗੇ ਬਾਈ ਵੀਕਲੀ ਪਰ ਗੱਡੀ ਦਾ ਘੈਂਟ ਲੈ ਲਈ ਸ਼ੌਕ ਬੜੀ ਚੀਜ਼ ਹੋ ਜਾਂਦੀ ਹੈ ਫਿਰ ਸਪਾਰਕ ਨੀ ਸਾਨੂੰ ਦਿਖੀ ਨਹੀਂ ਅੱਜ ਚੱਕ ਨਹੀਂ ਸਪਾਰਕ ਨੀ ਸੀਗੀ ਅੱਜ ਹੋਰ ਕਿੱਥੇ ਮਿਲ ਜੂਗੀ ਯਾਰ 2022 ਮਾਡਲ ਕਿੰਨੇ ਹੀ ਰੱਖਿਆ ਹੋਣਾ ਜੇ ਤੁਹਾਡੇ ਕੋਲ ਕਿਸੇ ਕੋਲ ਸਪਾਰਕ ਹੈਗੀ ਹੈ 2022 ਮਾਡਲ ਨਵੀਂ ਦੀ ਹੈ ਨਾ ਪਹਿਲਾਂ ਸਾਨੂੰ ਦੱਸਿਆ ਵੀ ਤੁਸੀਂ ਕਾਹਤੇ ਲਈ ਸੀ ਫਿਰ ਅਸੀਂ ਲਵਾਂਗੇ ਤੇ ਹੁਣ ਵੇਚ ਕਿਉਂ ਰਹੇ ਹੋ ਵੇਚ ਕਿਉਂ ਰਹੇ ਹੋ ਹੁਣ ਕਿਤਨੋਂ ਡ੍ਰੌਪ ਕਰਤਾ ਜੀ ਮੈਂ ਹੁਣ ਮੈਂ ਵੀਡੀਓ ਬਣਾਉਣ ਦਾ ਮਕਸਦ ਕੀ ਸੀ ਇੱਕ ਤਰੀਕੇ ਦੀਆਂ ਦੋਨੇ ਚੀਜ਼ਾਂ ਸੀ ਇਹਦੇ ਵਿੱਚ ਇਨਫੋਰਮੇਸ਼ਨ ਵੀ ਸੀਗੀ ਚਲੋ ਇੰਟਰਟੇਨਮੈਂਟ ਅਸੀਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ ਉਹ ਤਾਂ ਸੀਗੀਆਂ ਹੀ ਸੀਗੀਆਂ ਸੋ ਜਿਹੜੀ ਇਨਫੋਰਮੇਸ਼ਨ ਸੀ ਉਹ ਇਹ ਸੀਗੀ ਵੀ ਸਸਤੀਆਂ ਗੱਡੀਆਂ ਕਿਹੜੀਆਂ ਕਿਹੜੀਆਂ ਨੇ ਸੋ ਜਿਹੜੀ ਸਪਾਰਕ ਆ ਉਹ ਇੱਕ ਤਰੀਕੇ ਸਭ ਤੋਂ ਸਸਤੀ ਗੱਡੀ ਸੀ ਪਹਿਲਾਂ ਸਾਰੇ ਬ੍ਰਾਂਡ ਹੀ ਨਾ ਇਹ ਸੈਕਸ਼ਨ ਦੇ ਵਿੱਚ ਗੱਡੀ ਰੱਖਦੇ ਹੁੰਦੇ ਸੀਗੇ ਸਾਰੀਆਂ ਕੰਪਨੀਆਂ ਚਾਹੇ ਉਹ ਟੋਇਟਾ ਕਹਿ ਲਓ ਆਈ ਥਿੰਕ ਟੋਇਟਾ ਦੀ ਮੈਟ੍ਰਿਕਸ ਸੀਗੀ ਇਹ ਤਾਂ ਸਾਰਿਆਂ ਦੀਆਂ ਹੁੰਦੀਆਂ ਸੀਗੀਆਂ ਉਹਨਾਂ ਨੇ ਹੌਲੀ ਹੌਲੀ ਇਹ ਸੈਕਸ਼ਨ ਖਤਮ ਕਰਤਾ ਕਿਉਂਕਿ ਇਹ ਸੈਕਸ਼ਨ ਦੇ ਵਿੱਚ ਲੋਕ ਘੱਟ ਗੱਡੀਆਂ ਬਾਏ ਕਰਦੇ ਮੁੰਡੇ ਕਹਿੰਦੇ ਆ ਵੀ ਸਾਡੇ ਕੋਲ ਸਡਾਨ ਹੋਵੇ ਫੈਮਿਲੀ ਵਾਲਾ ਕਹਿੰਦਾ ਸਾਡੇ ਕੋਲ ਐਸਯੂਵੀ ਹੋਵੇ ਪਰ ਇਹ ਗੱਡੀਆਂ ਦੀ ਐਵਰੇਜ ਇੰਨੀ ਜ਼ਿਆਦਾ ਵਧੀਆ ਸੀਗੀ ਪ੍ਰਾਈਸ ਇੰਨੇ ਜ਼ਿਆਦਾ ਘੱਟ ਸੀਗੇ ਹੈ ਨਾ ਜਿਹੜੇ ਹਲੇ ਵੀ ਉਰੇ ਮਤਲਬ ਥੋੜ੍ਹੇ ਸੀਨੀਅਰ ਬੰਦੇ ਉਹਨਾਂ ਕੋਲ ਮੈਂ ਦੇਖਿਆ ਇਹ ਗੱਡੀਆਂ ਹੈਗੀਆਂ ਨੇ ਉਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਨੇ ਸੋ ਇਹ ਉਹ ਗੱਡੀਆਂ ਸੀਗੀਆਂ ਜਿਹੜਾ ਸਟੂਡੈਂਟ ਸਿੱਧਾ ਕੈਸ਼ ਗੱਡੀ ਬਾਏ ਕਰਨਾ ਚਾਹੁੰਦਾ ਵਾ ਹੈ ਨਾ ਤਾਂ ਜਾਂ ਫਿਰ ਕਿਸ਼ਤ ਘੱਟ ਚਾਹੁੰਦਾ ਵਾ ਸਭ ਤੋਂ ਸਸਤੀਆਂ ਗੱਡੀਆਂ ਨੇ ਅਤੇ ਕਈ ਸਟੂਡੈਂਟਸ ਨੂੰ ਫੋਨ ਆ ਗਿਆ ਮੈਨੂੰ ਕਈ ਸਟੂਡੈਂਟਸ ਨੂੰ ਇਹ ਗੱਡੀਆਂ ਦਾ ਪਤਾ ਵੀ ਨਹੀਂ ਹੁੰਦਾ ਭਾਈ ਇੰਨੀ ਸਸਤੀਆਂ ਗੱਡੀਆਂ ਵੀ ਹੈਗੀਆਂ ਨੇ ਸੋ ਆਪਾਂ ਵੀਡੀਓ ਦੇ ਵਿੱਚ ਮੈਨੂੰ ਵੀ ਨਹੀਂ ਪਤਾ ਸੀਗਾ ਹੁਣ ਮੈਂ ਜਦੋਂ ਸਰਚ ਕਰਨ ਲੱਗਿਆ ਮੈਂ ਪਿਛਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਸਭ ਤੋਂ ਸਸਤੀ ਇੱਕ ਤਰੀਕੇ ਦੀ ਐਸਯੂਵੀ ਜਿੱਦਾਂ ਹੁੰਡਾਈ ਦੀ ਵੈਨਿਊ ਸੀਗੀ ਉਹ ਤੋਂ ਬਾਅਦ ਮੈਂ ਇੱਕ ਤੁਹਾਨੂੰ ਵੈਸੇ ਦੱਸੀ ਸੀ ਗੱਡੀ ਵੀ ਕੀ ਆ ਰੀਓ ਸਭ ਤੋਂ ਸਸਤੀ ਸੀ ਫਿਰ ਉਹਦੇ ਵਿੱਚ ਕਿਸੇ ਮੁੰਡੇ ਦਾ ਕਮੈਂਟ ਆਇਆ ਵੀ ਬਾਈ ਮਿਰਾਜ ਗੱਡੀ ਦੇਖ ਕੇ ਉਹ ਇਹ ਤੋਂ ਵੀ ਸਸਤੀ ਆ ਅਤੇ ਮੈਂ ਦੇਖਿਆ ਔਨਲਾਈਨ ਤਾਂ $14,000 ਕੁਛ ਡਾਲਰ ਦੀ ਲੱਗੀ ਸੀ ਪਰ ਉਹ ਮੈਨੂਅਲ ਅੱਜ ਮੈਂ ਦੇਖਣ ਗਿਆ ਸੀਗਾ ਨਾ ਅਤੇ ਜਿਹੜੀ ਉਹਨਾਂ ਦੀ ਆਟੋ ਆ $15,000 ਦੀ ਕੁਛ ਫਿਰ ਮੈਂ ਇੱਦਾਂ ਹੀ ਸਰਚ ਕਰਦੇ ਕਰਦੇ ਨੇ ਸ਼ੈਵੀ ਸਪਾਰਕ ਦੇਖੀ ਉਹ 2023 ਮਾਡਲ ਨਹੀਂ ਆਉਂਦਾ ਉਹਨਾਂ ਨੇ ਡਿਸਕੰਟੀਨਿਊ ਕਰਤੀ ਪਰ 2022 ਵਾਲਾ ਮਾਡਲ ਸਿਰਫ $10,000 ਦਾ ਆਉਂਦਾ ਸੀ ਮਤਲਬ ਇੱਕ ਤਰੀਕੇ ਦਾ ਕੁਛ ਵੀ ਨਹੀਂ ਹੈਗੇ ਜੇ ਤੁਸੀਂ ਗੱਡੀ ਲੈਣੀ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣਾ ਉਬਰ ਕਰਨੀ ਆ ਜਾਂ ਉਬਰ ਈਟਸ ਕਰਨੀ ਆ ਜਿਹੜੀਆਂ ਵੀ ਚੀਜ਼ਾਂ ਨੇ ਨਾ ਉਸ ਪਰਸਪੈਕਟਿਵ ਲਈ ਇਹ ਬਹੁਤ ਵਧੀਆ ਗੱਡੀ ਸੀਗੀ ਜੀ ਸਿੱਧੀ ਤੁਸੀਂ ਕੈਸ਼ ਬਾਏਆਊਟ ਕਰ ਸਕਦੇ ਹੋ ਸੋ ਇਹ ਪ੍ਰੋਪਰ ਪੂਰੀ ਇਨਫੋਰਮੇਸ਼ਨ ਵਾਲੀ ਵੀਡੀਓ ਸੀ ਇਹ ਇਨਫੋਰਮੇਸ਼ਨ ਮੈਨੂੰ ਇੰਨੇ ਸਾਲਾਂ ਬਾਅਦ ਜਦੋਂ ਮੈਂ ਹੁਣ ਗੱਡੀਆਂ ਬਾਰੇ ਸਰਚ ਕਰਨ ਲੱਗਿਆ ਤਾਂ ਮੈਨੂੰ ਪਤਾ ਲੱਗਿਆ ਵੀ ਭਾਈ ਕਈ ਹਿਸਾਬ ਨਾਲ ਕਿਵੇਂ ਗੱਡੀਆਂ ਮਿਲਦੀਆਂ ਨੇ ਹਰੇਕ ਕੰਪਨੀ ਦਾ ਅਲੱਗ ਅਲੱਗ ਇੰਟਰਸਟ ਰੇਟ ਆ ਜੀ ਕੋਈ ਕੰਪਨੀ ਤੁਹਾਨੂੰ 4.5 ਇੰਟਰਸਟ ਰੇਟ ਦੇਊਗੀ ਕੋਈ 7.5 ਉਹਨਾਂ ਤੋਂ ਹਮੇਸ਼ਾ ਸਾਲ ਵੀ ਪੁੱਛ ਲਈਦੇ ਹੁੰਦੇ ਨੇ ਵੀ ਕਿੰਨੇ ਸਾਲਾਂ ਵਾਸਤੇ ਸਾਡੀਆਂ ਕਿਸ਼ਤਾਂ ਨੇ ਜੇ 7 ਸਾਲਾਂ ਦੀਆਂ ਕਿਸ਼ਤਾਂ ਕਰਾਈਏ ਤਾਂ ਕਿੰਨਾ ਇੰਟਰਸਟ ਰੇਟ ਲੱਗੂਗਾ ਜੇ ਅਸੀਂ 5 ਸਾਲਾਂ ਦੀ ਕਰਾਈਏ ਤਾਂ ਕਿੰਨਾ ਇੰਟਰਸਟ ਰੇਟ ਲੱਗੂਗਾ ਉਹ ਸਾਰਾ ਕੁਛ ਪੁੱਛ ਲਈਦਾ ਉਹਨਾਂ ਤੋਂ ਇਹ ਪੁੱਛ ਲਈਦਾ ਹਿਡਨ ਕੋਸਟ ਕੀ ਆ ਹੁਣ ਜਿਵੇਂ ਆਹ ਛੋਟੀਆਂ ਗੱਡੀਆਂ ਵੀ ਸੀ ਨਾ ਜਿਵੇਂ ਮਿਟਸੂਬਿਸ਼ੀ ਦੇ ਗਏ ਸੀ ਆਈ ਥਿੰਕ ਇਹਨਾਂ ਦੀ 5 ਸਾਲ ਦੀ ਬੰਪਰ ਟੂ ਬੰਪਰ ਵਾਰੰਟੀ ਸੀ ਚਾਹੇ ਉਹ 100,000 ਕਿਲੋਮੀਟਰ ਪਹਿਲਾਂ ਹੋ ਜਾਣ ਜਾਂ 5 ਸਾਲ ਪਹਿਲਾਂ ਹੋ ਜਾਣ ਉਦੋਂ ਬਾਅਦ ਵੀ ਇਹਨਾਂ ਦੀ ਐਕਸਟੈਂਡਡ ਵਾਰੰਟੀ ਸੀਗੀ ਸੋ 5 ਸਾਲਾਂ ਦੀ ਗਰੰਟੀ ਇੱਕ ਤਰੀਕੇ ਦੀ ਵਾਰੰਟੀ ਬਹੁਤ ਜ਼ਿਆਦਾ ਹੁੰਦੀ ਆ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਅਤੇ ਹੋਪਫੁਲੀ ਹੁਣ ਤੁਹਾਨੂੰ ਪਤਾ ਲੱਗ ਗਿਆ ਕਿਹੜੀਆਂ ਕਿਹੜੀਆਂ ਸਸਤੀਆਂ ਕਾਰਾਂ ਨੇ ਸੂਬਰੋ ਦੀ ਵੀ ਹੋਊਗੀ ਕੋਈ ਇੰਪ੍ਰੈਸ ਆਈ ਥਿੰਕ ਪਤਾ ਨਹੀਂ ਕਿਹੜੀਆਂ ਨੇ ਹੋਰ ਬਥੇਰੀਆਂ ਹੋਣਗੀਆਂ ਨਾ ਪਰ ਜਿਹੜੀਆਂ ਮੇਨ ਮੇਨ ਸਸਤੀਆਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਹੁਣ ਦੱਸਤੀਆਂ ਹੁਣ ਤੁਹਾਡੇ ਕੋਲ ਪਤਾ ਵਾ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਹੁਣ ਤੁਸੀਂ ਇੱਕ ਇਨਫੋਰਮਡ ਡਿਸੀਜ਼ਨ ਲੈ ਸਕਦੇ ਹੋ ਇਹੀ ਆਪਣੇ ਚੈਨਲ ਦਾ ਮੇਨ ਮਕਸਦ ਸੀਗਾ ਵੀ ਸਟੂਡੈਂਟਸ ਨੂੰ ਜਾਂ ਜਿਹੜੇ ਨਵੇਂ ਇਮੀਗ੍ਰੈਂਟਸ ਆਉਂਦੇ ਆ ਉਹਨਾਂ ਨੂੰ ਉਹ ਚੀਜ਼ਾਂ ਦੱਸੀਆਂ ਜਾਣ ਜਿਹੜੀਆਂ ਮੈਨੂੰ ਇੰਨੇ ਟਾਈਮ ਬਾਅਦ ਪਤਾ ਲੱਗੀਆਂ ਨੇ ਉਹ ਵੀ ਸਰਚ ਕਰਕੇ ਪਤਾ ਲੱਗੀਆਂ ਨੇ ਮੈਂ ਨਹੀਂ ਜੇ ਮੈਂ ਘਰੇ ਬੈਠਾ ਰਹਾਂ ਤਾਂ ਮੈਨੂੰ ਪਤਾ ਨਾ ਲੱਗਣ ਮੈਂ ਸਰਚ ਕੀਤੀ ਤੁਹਾਡੇ ਕਰਕੇ ਕੀਤੀ ਆਪਣੇ ਕਰਕੇ ਕੀਤੀ ਸਰਚ ਹੁਣ ਮੈਂ ਸਾਰੀ ਇਨਫੋਰਮੇਸ਼ਨ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਪੇਸ਼ ਕਰਤੀ ਹੁਣ ਇਹਦੇ ਵਿੱਚੋਂ ਤੁਸੀਂ ਕੁਛ ਵੀ ਚੱਕ ਸਕਦੇ ਹੋ ਤੁਸੀਂ ਤੁਹਾਨੂੰ ਪਤਾ ਭਾਈ ਆਹ ਗੱਡੀ ਇੰਨੇ ਦੀ ਆਉਂਦੀ ਆ ਆਹ ਗੱਡੀ ਇੰਨੇ ਦੀ ਆਉਂਦੀ ਆ ਕਿਹੜੀ ਗੱਡੀ ਦਾ ਕੀ ਫਾਇਦਾ ਕਿਹੜੀ ਗੱਡੀ ਦਾ ਕੀ ਨੁਕਸਾਨ ਆ ਸੋ ਤੁਹਾਨੂੰ ਸਾਰਾ ਕੁਝ ਦੱਸਤਾ ਹੁਣ ਤੁਸੀਂ ਆਪਣੇ ਵਾਸਤੇ ਇੱਕ ਵਧੀਆ ਡਿਸੀਜ਼ਨ ਲੈ ਸਕਦੇ ਹੋ ਕਿਸੇ ਵੀ ਬ੍ਰਾਂਡ ਦੀ ਗੱਡੀ ਲਓ ਆਪਾਂ ਨੂੰ ਫਰਕ ਨਹੀਂ ਪੈਂਦਾ ਹੈਗਾ ਕੋਈ ਪਰ ਜਿਹੜੀ ਤੁਹਾਨੂੰ ਸੂਟ ਕਰਦੀ ਆ ਉਹ ਗੱਡੀ ਲਓ ਆਪਣੀ ਪੋਕਿਟ ਦੇਖ ਕੇ ਗੱਡੀ ਲਓ ਆਪਣੀ ਜੇਬ ਤੋਂ ਆਏ ਨੇ ਵੀ ਵੱਧ ਚੜ੍ਹ ਕੇ ਕਿਸੇ ਨੂੰ ਦੇਖ ਕੇ ਗੱਡੀ ਨਾ ਲਓ ਵੀ ਗੁਆਂਢੀਆਂ ਦੇ ਘਰ ਮੂਹਰੇ ਕਿਹੜੀ ਖੜੀ ਆ ਸਾਡੇ ਕੋਲ ਸਾਰੀ ਉਮਰ ਗੱਡੀ ਸੀਗੀ ਹੋਣੀ ਸੀਗੀ ਰੱਬ ਨੇ ਪਿਛਲੇ 3-4 ਸਾਲਾਂ ਦੇ ਵਿੱਚ ਕਿੰਨੀਆਂ ਗੱਡੀਆਂ ਘੁਮਾਤੀਆਂ ਸਾਡੇ ਹੱਥੋਂ ਪਰ ਐਂ ਨਹੀਂ ਵੀ ਅਸੀਂ ਡੈਡੀ ਨੂੰ ਕਦੇ ਮਜਬੂਰ ਕੀਤਾ ਸਾਡੇ ਨੂੰ ਵੀ ਸਾਨੂੰ ਤਾਂ ਆਹ ਗੱਡੀ ਚਾਹੀਦੀ ਆ ਇੱਦਾਂ ਚਾਹੀਦਾ ਨਹੀਂ ਆਪਦਾ ਤੁਸੀਂ ਦੇਖੋ ਤੁਹਾਡੀ ਫੈਮਿਲੀ ਵਾਸਤੇ ਕਿਹੜੀ ਸੂਟੇਬਲ ਆ ਜਦੋਂ ਮੈਂ ਮੁੰਡਾ ਖੁੰਡਾ ਸੀਗਾ ਤਾਂ ਆਪਾਂ ਮੁੰਡੇ ਖੁੰਡੇ ਵਾਲੀ ਗੱਡੀ ਰੱਖੀ ਹੋਈ ਸੀ ਹੁਣ ਆਪਾਂ ਕਬੀਲਦਾਰ ਆ ਤਾਂ ਆਪਾਂ ਹੁਣ ਕਬੀਲਦਾਰੀ ਵਾਲੀ ਗੱਡੀ ਲਈ ਆ ਹੈ ਨਾ ਜੇ ਮੇਰੀ ਜੇਬ ਘੱਟ ਲਾਓ ਕਰੂਗੀ ਮੈਂ ਤੋਂ ਵੀ ਘੱਟ ਲਾਓ ਕਰ ਲੂੰ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਮੈਨੂੰ ਐਂ ਥੋੜ੍ਹੀ ਮੈਂ ਕਿਸੇ ਨੂੰ ਗੱਡੀ ਦਿਖਾ ਕੇ ਇੰਪ੍ਰੈਸ ਕਰਨਾ ਜਾਂ ਕੁਛ ਵੀ ਹੈ ਨਾ ਮੈਨੂੰ ਆਇਆ ਵੀ ਤੁਸੀਂ ਮੈਨੂੰ ਦੇਖ ਕੇ ਹੀ ਇੰਪ੍ਰੈਸ ਹੋ ਜਾਓ ਵੀ ਯਾਰ ਹਾਂ ਆਹ ਬੰਦੇ ਨੇ ਆਹ ਵਾਲੇ ਕੰਮ ਕੀਤੇ ਹੋਏ ਨੇ ਬਸ ਇਹੀ ਸੀਗੀ ਜੀ ਅੱਜ ਦੀ ਵੀਡੀਓ